ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਦੀਪਿਕਾ ਖੋਸਲਾ। ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਸਾਨੀ ਅੰਦੋਲਨ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਡਟੇ ਹੋਏ ਨੇ। ਇੰਨਾ ਹੀ ਨਹੀਂ, ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਮਹਾਂ ਪੰਚਾਇਤਾਂ ਦਾ ਆਗਾਜ਼ ਹੋ ਚੁੱਕਿਆ ਹੈ, ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ, ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਤਾਂ ਦੂਸਰੇ ਹੀ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਜੋ ਹੈ ਉਸ ਦੇ ਵੱਲੋਂ ਵੀ ਮੋਰਚੇ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪਹਿਲਾਂ ਤਾਂ 31 ਅਗਸਤ ਤੱਕ 5 ਦਿਨ ਦਾ ਮੋਰਚਾ ਜੋ ਹੈ ਉਹ DC ਦਫ਼ਤਰਾਂ ਦੇ ਸਾਹਮਣੇ ਲਗਾਇਆ ਜਾਣਾ ਸੀ, ਪਰ ਇਸ ਸਭ ਦੇ ਵਿਚਾਲੇ ਮਾਨ ਸਰਕਾਰ ਦੇ ਵੱਲੋਂ 2 ਤਾਰੀਕ ਤੋਂ 4 ਤਾਰੀਕ ਤੱਕ ਜੋ ਹੈ ਉਹ ਸੈਸ਼ਨ ਦਾ ਐਲਾਨ ਕੀਤਾ ਗਿਆ ਹੈ। ਔਰ ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ, ਕਿਉਂਕਿ ਪੁਲਿਸ ਬਲ ਜੋ ਹੈ ਉਹ ਕਿਸਾਨ ਜਥੇਬੰਦੀਆਂ ਦੇ ਮੋਰਚੇ ਦੇ ਲਈ ਵੀ ਉਹਨਾਂ ਦੀ ਲੋੜ ਪੈਂਦੀ ਹੈ, ਔਰ ਸੈਸ਼ਨ ਦੇ ਲਈ ਵੀ ਜੋ ਹੈ ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਮੌਜੂਦ ਹੋਵੇਗਾ। ਸੋ ਇਸ ਸਭ ਦੇ ਚੱਲਦਿਆਂ ਹੁਣ ਰਣਨੀਤੀ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਚੰਡੀਗੜ੍ਹ ਦੇ ਵਿੱਚ ਮੋਰਚਾ ਕਿਸਾਨਾਂ ਦੇ ਵੱਲੋਂ ਲਗਾਇਆ ਜਾਵੇਗਾ, ਔਰ ਤੁਹਾਨੂੰ ਦੱਸ ਦਈਏ ਕਿ 1 ਤਾਰੀਕ ਤੋਂ ਇਹ ਮੋਰਚਾ ਜੋ ਹੈ ਚੰਡੀਗੜ੍ਹ ਦੇ ਵਿੱਚ ਲਗਾਉਣ ਦਾ ਐਲਾਨ ਕੀਤਾ ਗਿਆ ਹੈ। 4 ਤਾਰੀਕ ਤੱਕ ਇਹ ਮੋਰਚਾ ਲੱਗੇਗਾ, 4 ਤਾਰੀਕ ਤੋਂ ਬਾਅਦ ਅਗਲੀ ਰਣਨੀਤੀ ਜੋ ਹੈ ਉਹ ਕਿਸਾਨਾਂ ਦੇ ਵੱਲੋਂ ਉਲੀਕੀ ਜਾਵੇਗੀ ਕਿ ਇਹ ਮੋਰਚਾ ਖਤਮ ਕਰਨਾ ਹੈ ਜਾਂ ਫਿਰ ਇਸ ਮੋਰਚੇ ਨੂੰ ਅੱਗੇ ਐਕਸਟੈਂਡ ਕਰਨਾ ਹੈ। ਜੋ ਵੀ ਰਣਨੀਤੀ ਹੈ, ਜੋਗਿੰਦਰ ਸਿੰਘ ਉਗਰਾਹਾਂ ਆਖ ਰਹੇ ਨੇ ਕਿ 4 ਤਾਰੀਕ ਨੂੰ ਇੱਕ ਵਾਰ ਫਿਰ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਹੋਏਗੀ, ਕਿਉਂਕਿ 18 ਜ਼ਿਲ੍ਹਿਆਂ ਦੀਆਂ ਜਥੇਬੰਦੀਆਂ ਜੋ ਨੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਵੱਲ ਨੂੰ ਚਾਲੇ ਪਾਏ ਜਾਣਗੇ ਔਰ ਉੱਥੇ ਮੋਰਚਾ ਲਗਾਇਆ ਜਾਵੇਗਾ। ਖੁਦਕੁਸ਼ੀਆਂ ਦਾ ਮਾਮਲਾ ਹੋਏ, ਪਾਣੀ ਦਾ ਮੁੱਦਾ ਹੋਏ ਔਰ ਕਿਸਾਨਾਂ ਦੀਆਂ ਹੋਰ ਮੰਗਾਂ ਜੋ ਨੇ, ਇਹਨਾਂ ਮੁੱਦਿਆਂ ਨੂੰ ਲੈ ਕੇ ਇਹ ਮੋਰਚਾ ਜੋ ਹੈ ਉਹ ਲਗਾਇਆ ਜਾਵੇਗਾ। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 2 ਸਪਟੈਂਬਰ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾਉਣ ਦੀ ਗੱਲ ਆਖੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਰੁਲਦੂ ਸਿੰਘ ਮਾਨਸਾ ਉਹਨਾਂ ਨੇ ਵੱਖ ਵੱਖ ਜਥੇਬੰਦੀਆਂ ਦੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਦੇ ਵੱਲੋਂ ਵੀ ਇਹ ਮੰਗਾਂ ਰੱਖੀਆਂ ਗਈਆਂ ਨੇ। ਇੱਕ ਤਾਂ ਕੰਗਣਾ ਰਣੌਤ ਦੇ ਵੱਲੋਂ ਜੋ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਨੂੰ ਲੈ ਕੇ, ਉਸ ਦੇ ਖਿਲਾਫ ਮੰਗਾਂ ਰੱਖੀਆਂ ਗਈਆਂ ਨੇ ਕਿ ਭਾਜਪਾ ਨੂੰ ਤੁਰੰਤ ਪ੍ਰਭਾਵ ਦੇ ਨਾਲ ਕੋਈ ਐਕਸ਼ਨ ਲੈਣਾ ਚਾਹੀਦਾ ਹੈ। ਔਰ ਇਹਦੇ ਨਾਲ ਹੀ ਜੋ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਹੀ ਅੰਦੋਲਨ ਚੱਲ ਰਿਹਾ ਹੈ, ਉਹਨਾਂ ਮੰਗਾਂ ਦੀ ਪ੍ਰਵਾਨਗੀ ਦੇ ਲਈ ਵੀ 2 ਤਾਰੀਕ ਤੋਂ ਚੰਡੀਗੜ੍ਹ ਦੇ ਵਿੱਚ ਰੁਲਦੂ ਮਾਨਸਾ ਅਤੇ ਉਹਨਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਜੋ ਹੈ ਉਹ ਮੋਰਚਾ ਲਗਾਇਆ ਜਾਵੇਗਾ। ਤਾਂ ਕਹਿ ਸਕਦੇ ਹਾਂ ਕਿ ਮੁਸ਼ਕਿਲਾਂ ਜੋ ਨੇ ਉਹ ਜਿੱਥੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੀਆਂ ਵਧਣ ਵਾਲੀਆਂ ਨੇ, ਤਾਂ ਉੱਥੇ ਹੀ ਭਾਜਪਾ ਦੇ ਉੱਤੇ ਵੀ ਦਬਾਅ ਜੋ ਵੱਧਦਾ ਹੋਇਆ ਦਿਖਾਈ ਦੇਵੇਗਾ, ਕਿਉਂਕਿ ਹਰਿਆਣਾ ਦੇ ਵਿੱਚ ਵੀ ਚੋਣਾਂ ਸਿਰ ਉੱਤੇ ਨੇ ਔਰ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ ਕਿਸਾਨ ਆਗੂਆਂ ਦੇ ਵੱਲੋਂ ਮੀਟਿੰਗਾਂ ਦੌਰਾਨ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਨੇ। ਮਹਾਂਪੰਚਾਇਤਾਂ ਦਾ ਸਿਲਸਿਲਾ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਔਰ ਸਰਕਾਰ ਦੇ ਨਾਲ ਰਾਬਤਾ ਬਣਾਉਣ ਦੇ ਲਈ ਦਬਾਅ ਵੀ ਬਣਾਇਆ ਜਾ ਰਿਹਾ ਹੈ। ਫਿਲਹਾਲ ਇਸ ਪੂਰੇ ਮਾਮਲੇ 'ਤੇ ਜੋਗਿੰਦਰ ਸਿੰਘ ਉਗਰਾਹਾਂ ਕੀ ਕੁੱਝ ਆਖ ਰਹੇ ਨੇ, ਆਓ ਸੁਣਦੇ ਹਾਂ। ਅਸੀਂ ਮੀਟਿੰਗ ਕਰ ਰਹੇ ਹਾਂ, ਇਹ ਜਦੋਂ ਅਸੀਂ ਪਹਿਲਾਂ ਪ੍ਰੋਗਰਾਮ ਰੱਖਿਆ 5 ਦਿਨਾਂ ਦਾ ਮੋਰਚਾ ਜ਼ਿਲ੍ਹਾ ਹੈੱਡਕੁਆਰਟਰ DC ਦਫ਼ਤਰਾਂ ਦਾ 5 ਦਿਨਾਂ ਦਾ ਮੋਰਚਾ ਰੱਖਿਆ 27 ਤੋਂ ਲੈ ਕੇ 31 ਤੱਕ। ਸਾਡੇ ਮੋਰਚਾ ਰੱਖਣ ਤੋਂ ਬਾਅਦ, ਪ੍ਰਚਾਰ ਰੱਖਣ ਤੋਂ ਬਾਅਦ ਸਰਕਾਰ ਨੇ ਫੈਸਲਾ 3 ਦਿਨ ਦੇ ਸੈਸ਼ਨ ਬੁਲਾ ਲਿਆ, 2 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਦਾ। ਫਿਰ ਸਾਡੇ ਚਰਚਾ ਚੱਲ ਪਈ ਵੀ ਉਹ ਆਪਾਂ ਸੈਸ਼ਨ ਪ੍ਰੋਗਰਾਮ, ਮੋਰਚਿਆਂ ਦਾ ਪ੍ਰੋਗਰਾਮ 5 ਦਿਨਾਂ ਦਾ ਆਪਣਾ, ਆਪਾਂ 31 ਨੂੰ ਮੋਰਚੇ ਖਤਮ ਕਰਾਂਗੇ, ਸੈਸ਼ਨ ਚੱਲੂਗਾ 2 ਤੋਂ 4 ਤੱਕ, ਫਿਰ ਉਸ ਦਿਨ ਆਪਾਂ 2 ਤੋਂ 4 ਦੁਬਾਰਾ ਇਸੇ ਫੋਰਸ ਨੂੰ ਉੱਧਰ ਲੈ ਜਾਈਏ ਜਾਂ ਕੀ ਬਣੀਏ, ਕੋਈ ਤਬਦੀਲੀ ਕਰੀਏ, ਕੀ ਸੋਚਣ ਵਾਸਤੇ ਮਜਬੂਰ ਹੋ ਗਏ, ਜਿਹਦੇ ਕਰਕੇ ਅਸੀਂ ਐਮਰਜੈਂਸੀ ਮੀਟਿੰਗ ਅੱਜ ਸੱਦੀ। ਸਾਡੀ ਇਸ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਵੀ ਆਪਣੇ ਵਾਸਤੇ ਵਾਜਬ ਇਹ ਰਹੂਗਾ
ਵੀ ਆਪਾਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਜਿਹੜੇ 5 ਦਿਨ ਦੇ ਮੋਰਚੇ ਲਾਉਂਦੇ ਸੀ, ਇਹ ਮੋਰਚਿਆਂ ਨੂੰ ਤਬਦੀਲ ਕਰਕੇ ਚੰਡੀਗੜ੍ਹ ਲਿਆ ਜਾਵੇ। ਉਹ ਫੈਸਲਾ ਅੱਜ ਪਾਸ ਹੋ ਗਿਆ, ਜਿਹੜਾ ਅਸੀਂ ਪ੍ਰੈਸ ਦੇ ਵਿੱਚ ਜਾਣਕਾਰੀ ਹੈ ਉਹ 8 ਬੁਨਿਆਦੀ ਮੰਗਾਂ 'ਤੇ, ਜੇ ਖੇਤੀ ਨੀਤੀ ਵਾਲੀ ਜਿਹੜੀ ਮੁੱਖ ਮੰਗ ਨੂੰ ਲੈ ਕੇ ਅਸੀਂ ਅੱਜ ਉਸ ਮੋਰਚੇ ਨੇ ਜਿਹੜੇ ਉਹ ਚੰਡੀਗੜ੍ਹ ਵਾਸਤੇ ਤਬਦੀਲ ਕਰ ਲਏ, 1 ਤਰੀਕ ਤੋਂ ਸ਼ੁਰੂ ਹੋਣਗੇ। ਕਿੰਨੇ ਤਰੀਕ ਤੱਕ ਰਹੂਗਾ ਜੀ? ਦੇਖੋ ਤਰੀਕ ਸੈਸ਼ਨ ਤਲ ਤੇ ਸੈਸ਼ਨ ਤੱਕ ਤਾਂ ਹਰ ਹਾਲਤ 'ਚ ਰਹੂਗਾ, ਗਾਹਾਂ ਸੈਸ਼ਨ 4 ਤਰੀਕ ਨੂੰ ਖਤਮ ਹੋਣਾ, 4 ਨੂੰ ਅਸੀਂ ਦੁਬਾਰੇ ਮੀਟਿੰਗ ਕਰਕੇ ਗਾਹਾਂ ਇਹਦਾ ਕੀ ਕਰਨਾ, ਕਿੰਨੇ ਦਿਨ ਅੱਗੇ ਵਧਾਉਣਾ, ਵਧਾਉਣਾ ਕਿ ਨਹੀਂ ਵਧਾਉਣਾ, ਕੀ ਕਰਨਾ, ਇਹਦਾ ਐਲਾਨ ਅਸੀਂ 5 ਤਰੀਕ ਨੂੰ। ਦੇਖੋ ਲੱਗਦਾ ਹੁੰਦਾ, ਦੇਖੋ ਸਾਡਾ ਇਹ ਮੋਰਚਾ ਹੈ, ਸਾਨੂੰ ਤਾਂ ਇਹ ਵੀ ਹੋ ਸਕਦਾ ਅਸੀਂ ਇਹ ਗੁੰਜਾਇਸ਼ ਰੱਖਦੇ ਹਾਂ ਵੀ ਸਰਕਾਰ ਦੀ ਜੇ ਨੇ ਚਾਹਾ ਵੀ ਅਸੀਂ ਨਹੀਂ ਹੋਣ ਦੇਣਾ ਪ੍ਰੋਗਰਾਮ, ਤਾਂ ਸਾਨੂੰ ਘਰਾਂ ਦੇ ਵਿੱਚ ਵੀ ਫੜ ਸਕਦੇ ਨੇ, ਗ੍ਰਿਫਤਾਰੀਆਂ ਵੀ ਕਰ ਸਕਦੇ ਨੇ, ਨਾਕੇ ਵੀ ਲਾ ਸਕਦੇ ਨੇ, ਲਾਉਂਦੇ ਹੁੰਦੇ ਨੇ, ਲੱਗਦੇ ਨੇ, ਕਿਹੜਾ ਪਹਿਲੀ ਵਾਰ ਹੈ, ਅਸੀਂ ਕਿਹੜਾ ਅੰਦੋਲਨ ਪਹਿਲੀ ਵਾਰ ਲੜ ਰਹੇ ਹਾਂ, ਸਰਕਾਰ ਨੇ ਆਪਦਾ ਸਾਰਾ ਹੀਲਾ ਵਸੀਲਾ ਕਰਨਾ ਹੁੰਦਾ, ਅਸੀਂ ਇਸ ਤਿਆਰੀ ਨਾਲ ਜਾਵਾਂਗੇ। ਸਰਕਾਰ ਐਂ ਕਰਦੀ ਹੈ ਕੀ ਕਰਨਾ, ਸਰਕਾਰ ਰੋਕਦੀ ਹੈ ਕੀ ਕਰਨਾ, ਸਰਕਾਰ ਸਾਨੂੰ ਉੱਥੇ ਰੋਕੂ, ਦੇਖੋ ਸੜਕਾਂ ਤਾਂ ਚੱਕ ਕੇ ਨਹੀਂ ਲਿਜਾਂਦੀ ਸਰਕਾਰ, ਸੜਕਾਂ ਤਾਂ ਹੈਗੀਆਂ ਚੰਡੀਗੜ੍ਹ ਦੀਆਂ, ਹੁਣ ਤਾਂ ਦਿੱਲੀ ਸਰਕਾਰ ਨੇ ਕਿਹੜਾ ਸਾਨੂੰ ਉੱਥੇ ਵੜਨ ਦਿੱਤਾ ਸੀ ਦਿੱਲੀ, ਅਤੇ ਹੁਣ ਇਹ ਇਸ ਤਰ੍ਹਾਂ ਜੇ ਇਹ ਕਿਤੇ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਇਹ ਵੱਡੀ ਮੁਸੀਬਤ ਮੁੱਲ ਲੈਣਗੇ, ਇਹ ਜਮਹੂਰੀਅਤ ਨਾਲ ਕਤਲ ਕਰਨਗੇ, ਨਾਲੇ ਇਹਨੇ ਸਿਆਸੀ ਤੌਰ ਤੇ ਬਦਨਾਮ ਹੋਣਗੇ, ਨਾਲੇ ਇਹਨਾਂ ਨੂੰ ਸਾਨੂੰ ਥਾਂ ਦੇਣਾ ਪੈਣਾ, ਨਾਲੇ ਸਾਡੀ ਮੰਗ ਮੰਨਣੀ। ਦੇਖੋ ਸਾਡੀ ਸ਼ਮੂਲੀਅਤ 18 ਜ਼ਿਲ੍ਹਿਆਂ ਦੀ ਹੋਣੀ ਹੈ, ਤਿਆਰੀ ਸਾਡੀ ਬਹੁਤ ਜ਼ੋਰਦਾਰ ਹੈ, 18 ਜ਼ਿਲ੍ਹਿਆਂ ਦੀ ਸਾਡੀ ਸ਼ਮੂਲੀਅਤ ਹੋਣੀ ਹੈ, ਤੇ 8-10 ਜ਼ਿਲ੍ਹੇ ਨੇ ਸਾਡੇ ਤਕੜੇ ਜ਼ਿਲ੍ਹੇ ਆ, ਜਿਹਨਾਂ 'ਚੋਂ ਭਰਮੀ ਸ਼ਮੂਲੀਅਤ ਹੈ। ਤੁਹਾਨੂੰ ਦੱਸੀ ਆ ਜਿਵੇਂ ਅਸੀਂ 2 ਤਰੀਕ ਦਾ ਅਸੀਂ ਔਰਤਾਂ ਦਾ ਪੂਰਾ ਭਰਮਾ ਇਕੱਠ ਕਰਨਾ ਚਾਹੁੰਦੇ ਹਾਂ, ਪੂਰੀਆਂ ਔਰਤਾਂ ਜਿਹੜੀਆਂ ਖੁਦਕੁਸ਼ੀ ਪੀੜਤ ਔਰਤਾਂ ਨੇ ਜਾਂ ਜਿਨ੍ਹਾਂ ਦੇ ਧੀ ਪੁੱਤਰ ਨਸ਼ਿਆਂ ਦੇ ਖਾਤਰ ਨਸ਼ੇ ਕਰਦੇ ਨੇ ਜਾਂ ਮਰ ਗਏ ਜਾਂ ਉਹ ਉਹਨਾਂ ਦੀ ਮੌਤ ਹੋ ਗਈ, ਉਹਨਾਂ ਪਰਿਵਾਰਾਂ ਦਾ ਇਕੱਠ ਜਿਨ੍ਹਾਂ ਦੇ ਕਰਜ਼ੇ ਕਰਕੇ, ਆਰਥਿਕ ਤੰਗੀ ਕਰਕੇ, ਜਿਨ੍ਹਾਂ ਦੇ ਭਰਾ ਜਿਨ੍ਹਾਂ ਦੇ ਪਤੀ ਖੁਦਕੁਸ਼ੀ ਕਰ ਗਏ, ਜਿਨ੍ਹਾਂ ਨੂੰ ਕੋਈ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ, ਉਹਨਾਂ ਦਾ ਇਕੱਠ, ਪੀੜਤਾਂ ਦਾ ਇਕੱਠ ਦਾ, ਔਰਤਾਂ ਦਾ ਵੱਡਾ ਇਕੱਠ, ਯਾਨੀ 2 ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਕਰ ਰਹੇ ਹਾਂ। ਦੇਖੋ ਅੱਜ ਦੀ ਘੜੀ ਤਾਂ ਅਸੀਂ ਤੁਹਾਨੂੰ ਦੱਸਿਆ ਜੀ ਝੰਡਾ ਸਿੰਘ ਨੇ ਵੀ ਆਪਣੀ, ਪਹਿਲਾਂ ਤਾਂ ਅਸੀਂ ਇਕੱਲੀ ਜਥੇਬੰਦੀ ਨੇ, ਸਾਨੂੰ ਹੁਣ ਸਮਰਥਨ ਮਿਲ ਗਿਆ, ਕਿੰਨਾ ਕੁ ਸਮਰਥਨ ਹੈ ਕਿਹੋ ਜਿਹਾ, ਉਹ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਆ ਗਿਆ, ਹੋਰ ਜਥੇਬੰਦੀਆਂ ਨੂੰ ਵੀ ਅਸੀਂ ਕਾਲ ਹੈ ਵੀ ਜਿਹੜੀਆਂ ਜਥੇਬੰਦੀਆਂ ਹੋਰ ਨੇ ਜਿਹੜੀਆਂ ਇਹਨਾਂ ਕਾਰਪੋਰੇਟ ਦੀਆਂ ਨੀਤੀਆਂ ਤੋਂ ਤੰਗ ਨੇ, ਜਿਨ੍ਹਾਂ ਜਿਵੇਂ ਬੇਰੁਜ਼ਗਾਰ ਨੇ, ਠੇਕਾ ਮੁਲਾਜ਼ਮ ਨੇ, ਵਿਦਿਆਰਥੀ ਨੇ, ਸੰਤੀ ਕਾਮੇ ਨੇ, ਅਧਿਆਪਕ ਨੇ ਜਾਂ ਬਿਜਲੀ ਕਾਮੇ ਨੇ, ਹੋਰ ਬਹੁਤ ਸਾਰੀਆਂ ਤਬਕਿਆਂ ਦੀਆਂ ਜਥੇਬੰਦੀਆਂ, ਵੱਖ ਵੱਖ ਜਿਵੇਂ ਬੇਰਕਾ ਵਾਲੇ ਨੇ, ਸਾਬਕਾ ਫੌਜੀ ਨੇ, ਉਹ ਸਾਰੀਆਂ ਜਥੇਬੰਦੀਆਂ ਜੇ ਇਹਦੇ ਵਿੱਚ ਮਤਲਬ ਸ਼ਾਮਿਲ ਹੋਣਗੀਆਂ ਉਹਦਾ ਪਤਾ ਲੱਗ ਜਾਣਾ ਸਾਨੂੰ, ਉਹ ਵੀ ਦੱਸ ਦਿਆਂਗੇ ਤੁਹਾਨੂੰ, ਨਹੀਂ ਉਸ ਦਿਨ ਉਹ ਕੋਈ ਤਾਲਮੇਲ ਮੈਂ ਐਕਸ਼ਨ ਕਰ ਸਕਦੀਆਂ ਨੇ, ਜ਼ਿਲ੍ਹਾ ਹੈੱਡਕੁਆਟਰਾਂ ਦੇ ਕਰ ਸਕਦੇ ਨੇ, ਤਹਿਸੀਲ ਤੇ ਕਰ ਸਕਦੇ ਨੇ ਜਾਂ ਆਪਦੇ ਹੈੱਡ ਆਫਿਸ ਕਰ ਸਕਦੇ ਨੇ, ਇਹ ਉਹਨਾਂ ਦੀ ਮਰਜ਼ੀ ਹੈ, ਉਹ ਸਾਡੇ ਇਸ ਅੰਦੋਲਨ ਦੇ ਨਾਲ ਤਾਲਮੇਲ ਕਿਸ ਕੋਆਰਡੀਨੇਟ ਕਿਵੇਂ ਕਰ। ਦੇਖੋ ਮੈਂ ਤੁਹਾਨੂੰ ਦੱਸਿਆ ਵੀ 4 ਨੂੰ ਸੈਸ਼ਨ ਖਤਮ ਹੋਣਾ, ਸੈਸ਼ਨ ਖਤਮ ਹੋਣ ਤੋਂ ਬਾਅਦ ਸਾਡੀ ਰਾਤ ਨੂੰ ਮੀਟਿੰਗ ਹੋਣੀ ਹੈ, ਸ਼ਾਮ ਨੂੰ ਹੋ ਜਾਏ ਉਸੇ ਦਿਨ, ਉਸ ਮੀਟਿੰਗ ਦੇ ਵਿੱਚ ਅਸੀਂ ਕੁੱਲ ਜਾਇਜ਼ਾ ਲਵਾਂਗੇ ਆਪਣੇ ਇਸ ਅੰਦੋਲਨ ਦਾ ਵੀ ਕੀ ਬਣਿਆ, ਉਹ ਜੋ ਫੈਸਲਾ ਹੋਊਗਾ ਉਹਦਾ ਅਸੀਂ 5 ਨੂੰ ਐਲਾਨ ਕਰਾਂਗੇ। ਦੇਖੋ ਸਾਡੀ ਹੋਈ ਆ ਗੱਲ, ਅਸੀਂ ਉਹਨਾਂ ਨੂੰ ਇਹ ਨਹੀਂ ਵੀ ਸਾਡੀ ਗੱਲ ਹੀ ਹੋਈ ਆ, ਉਹਨਾਂ ਨੇ ਸਾਡੇ ਤੋਂ ਮੰਗਿਆ ਸੀ, ਖਰੜਾ ਮੰਗਿਆ ਸੀ ਖੇਤੀ ਨੀਤੀ ਦਾ, ਅਸੀਂ ਆਪਦੀ ਖੇਤੀ ਨੀਤੀ ਬਣਾ ਕੇ ਉਹਨਾਂ ਨੂੰ ਦੇ ਕੇ ਆਏ, ਜਦੋਂ ਉਦੋਂ ਧਾਲੀਵਾਲ ਹੁੰਦਾ ਸੀ ਖੇਤੀਬਾੜੀ ਮੰਤਰੀ, ਅਸੀਂ ਕੁਲਦੀਪ ਸਿੰਘ ਧਾਲੀਵਾਲ ਵਰਗਿਆਂ ਨੂੰ ਉਹਨਾਂ ਨੂੰ ਇਹਨਾਂ ਨੂੰ ਫੜਾ ਕੇ ਆਇਆ ਖੇਤੀ ਨੀਤੀ ਦਾ ਖਰੜਾ, ਇਹਨਾਂ ਨੇ ਉਸ ਤੋਂ ਬਾਅਦ ਕਮੇਟੀ ਕਮੂਟੀ ਵੀ ਕੋਈ ਬਣਾਈ ਸੀ, ਉਹਦੇ ਗਾਂਹ ਕੀ ਬਣਿਆ ਕੀ ਨਹੀਂ ਬਣਿਆ ਉਹਦਾ ਕੋਈ ਅਜੇ ਨਹੀਂ ਤਾਂ ਉਹ ਪਤਾ ਲੱਗ ਸਕਿਆ, ਇਹ ਤਾਂ ਮੇਰੇ ਖਿਆਲ 'ਚ 2022 ਜਦੋਂ ਸਰਕਾਰ ਬਣੀ ਆ ਉਦੋਂ ਫੌਰੀ ਬਾਅਦ ਹੀ ਸਾਡੀ ਉਹਨਾਂ ਨਾਲ ਮੀਟਿੰਗ ਹੋ ਗਈ ਸੀ, ਅਸੀਂ ਉਦੋਂ ਦੇਤੀ ਸੀ ਉਹਨਾਂ ਨੂੰ ਖਰੜਾ, ਮੰਗਾਂ ਉਹਨਾਂ ਦੇ ਵਿੱਚ ਇਹੀ ਪਾਈਆਂ ਹੋਈਆਂ ਨੇ ਜਿਹੜੀ ਖੇਤੀ ਨੀਤੀ ਨਾਲ ਸੰਬੰਧਿਤ ਨੇ, ਜਿਹੜੀਆਂ ਵੀ ਪਾਣੀ ਕਰਜ਼ੇ ਦਾ ਕੀ ਬਣੂਗਾ ਅਤੇ
MSP ਦਾ ਤੁਸੀਂ ਮੰਡੀਆਂ ਦਾ ਕੀ ਬਣਾਓਗੇ, ਤੇ ਜਿਹੜੇ ਫਸਲਾਂ ਦਾ ਨੁਕਸਾਨ ਹੋ ਜਾਂਦਾ ਉਹਦਾ ਕੀ ਹੈ, ਪਾਣੀਆਂ ਤੇ ਤੁਹਾਡੀ ਕੀ ਨੀਤੀ ਹੈ, ਖੁਦਕੁਸ਼ੀਆਂ ਤੇ ਤੁਹਾਡੀ ਕੀ ਨੀਤੀ ਹੈ, ਆ ਜ਼ਮੀਨਾਂ ਦੀ ਤੋੜ ਹੈ ਜਿਹੜੀ ਕਿਸਾਨਾਂ ਕੋਲ ਜ਼ਮੀਨ ਨਹੀਂ ਖੇਤੀ ਕਰਨ ਜੋਗੀ, ਉਹਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ, ਤੁਹਾਡੇ ਕੋਲ ਕਿੰਨੀ ਜ਼ਮੀਨ ਪਈ ਹੈ, ਉਹਦਾ ਕੀ ਕਰ ਰਹੇ ਹੋ ਤੁਸੀਂ? ਤਾਂ ਤੁਸੀਂ ਸੁਣਿਆ ਜੋਗਿੰਦਰ ਸਿੰਘ ਗੁਰਾਹਾਂ ਦੇ ਵੱਲੋਂ ਸਪਸ਼ਟ ਤੌਰ ਉੱਤੇ ਆਖਿਆ ਗਿਆ ਹੈ ਕਿ ਖੇਤੀ ਨੀਤੀ ਜੋ ਕਿ ਅਜੇ ਤੱਕ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤੀ ਗਈ ਹੈ, ਉਸ ਨੂੰ ਲੈ ਕੇ ਵੀ ਸਰਕਾਰ ਨੂੰ ਸਵਾਲ ਕੀਤੇ ਜਾਣਗੇ, ਨਾਲ ਹੀ ਜੋ ਪਾਣੀ ਦਾ ਮੁੱਦਾ ਗਰਮਾਇਆ ਹੋਇਆ ਹੈ ਪੰਜਾਬ ਦੇ ਵਿੱਚ, ਕਿਉਂਕਿ ਜਲ ਸੰਕਟ ਕਈ ਥਾਵਾਂ ਦੇ ਉੱਤੇ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ ਔਰ ਪੰਜਾਬ ਦੇ ਵਿੱਚ ਜਲਦ ਹੀ ਜਲ ਸੰਕਟ ਦੀ ਸਮੱਸਿਆ ਵੀ ਆ ਸਕਦੀ ਹੈ, ਉਸ ਨੂੰ ਲੈ ਕੇ ਵੀ ਸਰਕਾਰ ਤੋਂ ਜਵਾਬ ਤਲਬ ਕੀਤੇ ਜਾਣਗੇ ਔਰ ਇਹਦੇ ਨਾਲ ਹੀ ਕਿਸਾਨਾਂ ਦੀਆਂ ਹੋਰ ਮੰਗਾਂ ਨੇ ਜਿਸ ਨੂੰ ਲੈ ਕੇ ਮੋਰਚਾ ਜੋ ਹੈ ਉਹ ਲਗਾਇਆ ਜਾਵੇਗਾ। ਅਤੇ ਹੁਣ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੇ ਲਈ ਵੀ ਮੁਸ਼ਕਿਲ ਆਣ ਖੜੀ ਹੋਈ ਹੈ, ਕਿਉਂਕਿ ਇੱਕ ਪਾਸੇ ਪੰਚਾਇਤੀ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ, ਜ਼ਿਮਨੀ ਚੋਣਾਂ ਵੀ ਕਦੇ ਵੀ ਪੰਜਾਬ 'ਚ ਹੋ ਸਕਦੀਆਂ ਨੇ ਔਰ ਇਸ ਸਭ ਦੇ ਵਿਚਾਲੇ ਜਿੱਥੇ ਸਰਕਾਰ ਚੋਣਾਂ ਦੀ ਤਿਆਰੀ ਕਰ ਰਹੀ ਹੈ, ਦੂਸਰੇ ਪਾਸੇ ਜੋ ਕਿਸਾਨਾਂ ਦੇ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਨੇ, ਉਹਨਾਂ ਤੋਂ ਜਵਾਬ ਮੰਗੇ ਜਾ ਰਹੇ ਨੇ ਕਿ ਜੋ ਵਾਅਦੇ ਕਿਸਾਨਾਂ ਦੇ ਨਾਲ ਕੀਤੇ ਗਏ ਸੀ ਉਹ ਵਾਅਦੇ ਵਫਾ ਕਿਉਂ ਨਹੀਂ ਹੋ ਰਹੇ, ਉਹਨਾਂ ਉੱਤੇ ਅਜੇ ਤੱਕ ਕੋਈ ਸਰਕਾਰ ਕੰਮ ਕਰਦੀ ਹੋਈ ਨਜ਼ਰ ਨਹੀਂ ਆ ਰਹੀ, ਤਾਂ ਉਸ ਨੂੰ ਲੈ ਕੇ ਹੁਣ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਨਾਲ 18 ਜ਼ਿਲ੍ਹਿਆਂ ਦੀਆਂ ਜੋ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾ ਦਿੱਤਾ ਜਾਵੇਗਾ। ਔਰ ਤੁਸੀਂ ਇਹ ਵੀ ਸੁਣਿਆ ਕਿ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਇਸ ਮੋਰਚੇ ਨੂੰ ਜੋ ਰੋਕਣ ਦੇ ਲਈ ਵੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਸਕਦੇ ਨੇ, ਆਗੂਆਂ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਹੈ, ਕਿਸਾਨਾਂ ਨੂੰ ਇਸ ਮੋਰਚੇ 'ਚ ਨਾ ਪਹੁੰਚਣ ਲਈ ਵੀ ਰਸਤੇ 'ਚ ਰੋਕਿਆ ਜਾ ਸਕਦਾ ਹੈ, ਅਤੇ ਕਈ ਤਰ੍ਹਾਂ ਦੇ ਹੱਥਕੰਡੇ ਜੋ ਨੇ ਉਹ ਸਰਕਾਰ ਅਪਣਾ ਸਕਦੀ ਹੈ। ਖਦਸ਼ਾ ਵੀ ਜੋਗਿੰਦਰ ਸਿੰਘ ਉਗਰਾਹਾਂ ਨੇ ਨਾਲ ਦੇ ਨਾਲ ਹੀ ਜਤਾ ਦਿੱਤਾ ਹੈ, ਪਰ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਜੇਕਰ ਅਜਿਹੇ ਹੱਥਕੰਡੇ ਅਪਣਾਏ ਜਾਂਦੇ ਨੇ ਤਾਂ ਉਸ ਦਾ ਖਾਮਿਆਜ਼ਾ ਵੀ ਫਿਰ ਸਰਕਾਰ ਨੂੰ ਹੀ ਭੁਗਤਣਾ ਪਵੇਗਾ, ਬਦਨਾਮੀ ਸਰਕਾਰ ਦੀ ਹੋਏਗੀ ਔਰ ਚੋਣਾਂ ਦੇ ਵਿੱਚ ਫਿਰ ਨਤੀਜੇ ਵੀ ਉਸ ਤਰੀਕੇ ਦੇ ਹੀ ਦੇਖਣ ਨੂੰ ਮਿਲ ਸਕਦੇ ਨੇ। ਇਸ ਮਾਮਲੇ ਦੇ ਵਿੱਚ ਜੋ ਵੀ ਅਪਡੇਟਸ ਹੋਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਔਰ ਸਭ ਤੋਂ ਮਹੱਤਵਪੂਰਨ ਗੱਲ ਹੁਣ ਇਹ ਦੇਖਣਾ ਹੋਵੇਗਾ ਕਿ ਸਰਕਾਰ ਇਹ ਮੋਰਚਾ ਲੱਗਣ ਤੋਂ ਪਹਿਲਾਂ ਕੋਈ ਕਦਮ ਵਧਾਉਂਦੀ ਹੈ, ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਦੀ ਹੈ, ਕੋਈ ਭਰੋਸਾ ਦਵਾਇਆ ਜਾਂਦਾ ਹੈ ਕਿਸਾਨ ਆਗੂਆਂ ਨੂੰ ਔਰ ਇਹ ਮੋਰਚਾ ਲੱਗਣ ਤੋਂ ਪਹਿਲਾਂ ਹੀ ਉਸ ਨੂੰ ਰੋਕ ਦਿੱਤਾ ਜਾਂਦਾ ਹੈ, ਜਾਂ ਫਿਰ ਜਿਸ ਤਰੀਕੇ ਦੇ ਖਦਸ਼ੇ ਜੋ ਨੇ ਜੋਗਿੰਦਰ ਉਗਰਾਹਾਂ ਜਤਾ ਚੁੱਕੇ ਨੇ ਕਿ ਮੋਰਚੇ ਤੱਕ ਕਿਸਾਨਾਂ ਨੂੰ ਪਹੁੰਚਣ ਹੀ ਨਾ ਦਿੱਤਾ ਜਾਵੇ, ਰਸਤੇ ਦੇ ਵਿੱਚ ਹੀ ਕਈ ਅੜਿੱਕੇ ਲਗਾ ਦਿੱਤੇ ਜਾਣ, ਜਾਂ ਫਿਰ ਸਰਕਾਰ ਕੁਝ ਅਜਿਹੇ ਹੱਥਕੰਡੇ ਅਪਣਾਉਂਦੀ ਨਜ਼ਰ ਆਉਂਦੀ ਹੈ, ਇਸ ਸਭ ਦੇ ਵਿਚਾਲੇ ਜੋ ਇਹ ਬਿਆਨ ਨਿਕਲ ਕੇ ਸਾਹਮਣੇ ਆਏ ਨੇ, ਜਿਹੜੀਆਂ ਮੰਗਾਂ ਦੀ ਗੱਲ ਕੀਤੀ ਗਈ ਹੈ ਇਸ ਨੂੰ ਲੈ ਕੇ ਕਿ ਖੇਤੀਬਾੜੀ ਮੰਤਰੀ ਜੋ ਨੇ ਉਹ ਕਿਸਾਨਾਂ ਦੇ ਨਾਲ ਕੋਈ ਰਾਬਤਾ ਬਣਾਉਂਦੇ ਨੇ, ਜਾਂ ਸੀਐਮ ਭਗਵੰਤ ਮਾਨ ਦੀ ਇਸ ਪੂਰੇ ਮੁੱਦੇ ਤੇ ਕੋਈ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ, ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ।